ਲਿੱਦੇ ਗਾਂਧੀ ਨਗਰ ਮਾਰਕੀਟ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਜੋ ਸੀ ਉਹ ਬੀਤੇ ਦਿਨ ਹੀ ਵਾਪਰੀ ਸੀ ਜਿਸ ਦੇ ਵਿੱਚ ਇੱਕ ਵਪਾਰੀ ਨੂੰ ਸਿੱਖਾਂ ਦੇ ਪਵਿੱਤਰ ਚਿੰਨ ਜਿਨ੍ਹਾਂ ਦੇ ਵਿੱਚ ਖੰਡਾ ਸਾਹਿਬ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਨਿਸ਼ਾਨ ਨੇ ਉਹਨਾਂ ਦੇ ਨਾਲ ਔਰਤਾਂ ਦੇ ਅੰਡਰਗਾਰਮੈਂਟਸ ਦੇ ਉੱਪਰ ਪ੍ਰਿੰਟ ਕਿਤੇ ਹੋਣ ਦੇ ਕਰਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਵੇਖਣ ਨੂੰ ਮਿਲਿਆ ਸੀ। ਇਹ ਸਿਚੁਏਸ਼ਨ ਉਦੋਂ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਦੁਕਾਨਦਾਰ ਨੇ ਕਿਸੇ ਤੌਰ ਤੇ ਅਪਮਾਨਜਨਕ ਵਿਕਰੀ ਦਾ ਵਿਰੋਧ ਕਰਨ ਵਾਲੇ ਸਥਾਨਕ ਲੋਕਾਂ ਦੇ ਨਾਲ ਦੁਰਵਿਵਹਾਰ ਕੀਤਾ। ਦੱਸਿਆ ਕਿ ਘਟਨਾ ਨੇ ਧਿਆਨ ਖਿੱਚਿਆ ਆਪਣੇ ਵੱਲ ਅਤੇ ਇਸ ਸਭ ਦੀ ਵੀਡੀਓ ਜੋ ਹੈ ਇੰਟਰਨੈਟ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀ ਹੈ। ਇਸ ਵਿੱਚ ਦੁਕਾਨ ਦੇ ਉੱਪਰ ਪਵਿੱਤਰ ਸਿੱਖ ਚਿੰਨਾ ਦੀ ਵਿਸ਼ੇਸ਼ਤਾ ਵਾਲੇ ਇਹਨਾਂ ਉਤਪਾਦਾਂ ਨੂੰ ਜਾਣਬੁੱਝ ਕੇ ਪ੍ਰਦਰਸ਼ਨ ਕਰਕੇ ਵੇਚਿਆ ਜਾ ਰਿਹਾ ਸੀ ਇਸ ਸਬ ਤੋਂ ਕਿਤਨਾ ਕਿਤੇ ਜੋ ਵੀ ਸਿੱਖ ਪਾਚਾਰ ਦੇ ਲੋਕ ਨੇ ਉਹਨਾਂ ਦੇ ਹਿਰਦੇ ਵਲੁੰਦ ਰਗੇ ਅਤੇ ਇਸ ਮਾਮਲੇ ਨੂੰ ਲੈ ਕੇ ਇੱਥੋਂ ਦੇ ਨਾਰਾਜ਼ ਵਸਨੀਕਾਂ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਜਾਂਦੀ ਹੈ ਇਸ ਦੁਲਵਾ ਇੱਥੇ ਮੌਜੂਦ ਨਿਵਾਸੀਆਂ ਦੇ ਵੱਲੋਂ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਹੈ। ਉਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਸਭ ਜੋ ਹੈ ਇਹ ਸਿੱਖ ਭਾਈਚਾਰੇ ਦੇ ਧਾਰਮਿਕ ਚਿੰਨ੍ਹਾਂ ਦੀ ਜਾਨ ਬੁਝ ਕੇ ਮਜ਼ਾਕ ਉਡਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਤੇ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਜਦੋਂ ਇਹ ਪ੍ਰੋਡਕਟ ਸੇਲ ਹੋ ਰਿਹਾ ਥਾ ਤਾਂ ਕੀ ਮਾਰਕੀਟ ਵਿੱਚ ਆਤੇ ਜਾਤੇ ਕਿਸ ਨੇ ਦੇਖਿਆ ਨਹੀਂ ਥਾ? ਇਹ ਮਾਰਕੀਟ ਵਿੱਚ ਹੋਰ ਸ਼ਾਪਸ ਸੀ, ਉਹਨਾਂ ਨੇ ਕਦੇ ਗੌਰ ਨਹੀਂ ਕੀਤਾ ਥਾ। हमें इस चीज का भी नहीं पता कि इस प्रोडक्ट को कब से ये लोग सेल कर रहे हैं और हमें ये भी नहीं पता कि ऑल ओवर इंडिया में कहां-कहां इस प्रोडक्ट को बनाया जा रहा है और सेल किया जा रहा है किस तरीके से सीखी का मजाक उड़ाया जा रहा है किस तरीके से आप इस प्रोडक्ट को पहन सकते हो क्या इंसान का मन नहीं खोलेगा ਕਿਉਂਕਿ ਦੇਸ਼ ਪਰਦੇ ਵਿੱਚ ਅਜਿਹਾ ਹੋਰ ਵੀ ਕਈ ਉਤਪਾਦ ਹੋ ਸਕਦੇ ਨੇ ਜਿਨ੍ਹਾਂ ਨੂੰ ਇਸ ਪ੍ਰਕਾਰ ਦੇ ਨਾਲ ਵਿਆਪਕ ਤੌਰ ਦੇ ਉੱਪਰ ਵਿਕਰੀ ਦੇ ਵਾਸਤੇ ਰੱਖਿਆ ਜਾਂਦਾ ਹੈ ਜੋ ਕਿ ਸਾਡੀਆਂ ਭਾਵਨਾਵਾਂ ਦੇ ਨਾਲ ਠੇਸ ਪਹੁੰਚਾਉਣ ਵਾਲੀ ਗੱਲਬਾਤ ਕਰ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਸਾਰਾ ਮਾਮਲਾ ਜੋ ਹੈ ਇਹ ਧਾਰਾ 295ਏ ਦੇ ਤਹਿਤ ਦਰਜ ਹੋਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਵਕਤ ਦੇ ਵਿੱਚ ਇਸ ਦੇ ਬਾਰੇ ਵਿੱਚ ਕੋਈ ਵੀ ਹੋਰ ਲੋਕ ਜੋ ਨੇ ਉਹ ਸੇਧ ਲੈ ਸਕਣ ਅਤੇ ਇਸ ਪ੍ਰਕਾਰ ਦੀ ਗਲਤੀ ਕਦੇ ਗਲਤੀ ਦੇ ਨਾਲ ਵੀ ਨਾ ਕਰਨ ਇਸ ਤੋਂ ਇਲਾਵਾ ਇਸ ਮਾਮਲੇ ਦੇ ਬਾਰੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਦੇ ਨੇਤਰਤਵ ਦੇ ਵਿੱਚ ਗਰੀ ਗੁਰਦੁਆਰਾ ਸਾਹਿਬ ਦੇ ਵਿੱਚ ਉਪ ਪ੍ਰਧਾਨ ਹਰਵਿੰਦਰ ਸਿੰਘ ਸੀਡੀ ਇਹ ਜਿਹੜੀ ਹੁਣੇ ਸਾਰੇ ਪਾਸੇ ਅੱਗਵਾਕਨ ਖਬਰ ਫੈਲ ਗਈ ਹੈ ਕਿ ਅੰਡਰਬੀਅਰਜ਼ ਦੇ ਉੱਤੇ ਖਾਲਸਾ ਨਿਸ਼ਾਨ ਛਾਪੇ ਨੇ ਮੈਂ ਸਮਝਦਾ ਇਹ ਬੜੀ ਕੋਰ ਵਗਿਆ ਔਰ ਇਹ ਕਈ ਲੋਕ ਕਰਦੇ ਨੇ ਆਪਣੀ ਦੁਕਾਨਦਾਰੀ ਚਲਾਣ ਦੀ ਇਹਦਾ ਬਹੁਤ ਸਖਤ ਐਕਸ਼ਨ ਹੋਣਾ ਚਾਹੀਦਾ ਹੈ ਤੁਸੀਂ ਦੇਖਦੇ ਹੋ ਕਿ ਗੜੀ ਹੋਵੇ ਪ੍ਰਤਾਸ਼ ਇਸਟਾਫ ਕਲਾਸ਼ ਹੋਵੇ ਅਮਰ ਕਲੋਨੀ ਹੋਵੇ ਲਜਪਰ ਨਗਰ ਹੋਵੇ ਮੈਰੋਲੀ ਤੋਂ ਔਰ ਜਗਾ ਜਗਾ ਤੋਂ ਇੱਥੇ ਸੰਕਟ ਪਹੁੰਚ ਰਹੀ ਹੈ ਔਰ ਅਮਰ ਕਲੋਨੀ ਥਾਣੇ ਦੇ ਇਹ ਜਿਹੜੇ ਸੋਢੀ ਸਾਹਿਬ ਦੇ ਸਾਡੇ ਉਪ ਪ੍ਰਧਾਨ ਨੇ ਜਿਹੜੇ ਗੜੀ ਗੁਰਦੁਆਰੇ ਦੇ ਉਹਨਾਂ ਨੇ ਕੰਪਲੀਨਟ ਦਿੱਤੀ ਔਰ ਅਸੀਂ ਸਾਰੇ ਇਹਨਾਂ ਦੇ ਨਾਲ ਆ ਕਿ ਇਹਦੇ ਉੱਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਬੜੀ ਧਰਾਵਾਂ ਦੇ ਵਿੱਚ ਇਸ ਤੇ ਐਕਸ਼ਨ ਹੋਣਾ ਚਾਹੀਦਾ ਔਰ ਪੁਲਿਸ ਨੂੰ ਇਸੇ ਕਿਸਮ ਦੀ ਕੁੱਤਾਈ ਨਹੀਂ ਕਰਨੀ ਚਾਹੀਦੀ ਇਮੀਡੀਏਟਲੀ ਦੁਕਾਨ ਸੀਲ ਹੋਵੇ ਸਮਾਨ ਸੀਲ ਹੋਵੇ ਔਰ ਜਿਹੜੀਆਂ ਇਹਨਾਂ ਨੇ ਗੁਰਨਾਨਕ ਨਾਮ ਲੈਵਾਨੂ ਕਿਉਂਕਿ ਗੁਰੂ ਘਰ ਨੂੰ ਖਾਲੀ ਸਿੱਖ ਨਹੀਂ ਮਰਦੇ ਬਾਕੀ ਧਰਮਾਂ ਦੇ ਲੋਕ ਵੀ ਮੰਨਦੇ ਆ ਇਹਦੇ ਵਿੱਚ ਕੋਈ ਪੋਲਿਟੀ ਪੋਲਿਟਿਕਸ ਨਹੀਂ ਹੈ ਇਹ ਸਾਰੇ ਗੁਰਨਾਨਕ ਨਾਮ ਲੈਵਾਂ ਸਾਰੇ ਅਸੀਂ ਇਕੱਠੇ ਹੋਏ ਆ ਔਰ ਅਸੀਂ ਇਹ ਸ਼ਿਕਾਇਤ ਦੇ ਜਾਈਏ ਉਤੇ ਹੀ ਇਸ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ 25 ਨਵੰਬਰ ਨੂੰ ਜਦੋਂ ਉਹ ਗਾਂਧੀ ਨਗਰ ਮਾਰਕੀਟ ਦੇ ਵਿੱਚ ਗੁਜ਼ਰ ਰਹੀ ਸੀ ਤਾਂ ਉਹਨਾਂ ਦੀ ਨਜ਼ਰ ਕਲਾਸਿਕ ਟਰੇਡਿੰਗ ਕੰਪਨੀ ਨਾਮ ਦੀ ਇੱਕ ਮਾਰਕੀਟ ਦੀ ਦੁਕਾਨ ਦੇ ਉੱਪਰ ਪਈ ਜਿੱਥੇ ਕੀ ਮਹਿਲਾਵਾਂ ਦੇ ਅੰਡਰ ਗਾਰਮੈਂਟਸ ਵਿੱਚ ਜਾਂਦੇ ਨੇ ਉਸ ਸ਼ਾਪ ਦੇ ਉੱਪਰ ਡਿਸਪਲੇ ਕੀਤੇ ਹੋਏ ਸਿੱਖਾਂ ਦੇ ਪਵਿੱਤਰ ਅਤੇ ਧਾਰਮਿਕ ਸਿੰਬਲ ਖੰਡਾ ਸਾਹਿਬ ਦੇ ਪ੍ਰਿੰਟ ਵਾਲੀ ਮਹਿਲਾਵਾਂ ਦੀ ਪੈਂਟੀ ਪਈ ਹੋਈ ਸੀ। ਉਹਨਾਂ ਨੇ ਕਿਹਾ ਕਿ ਵਪਾਰੀ ਦੇ ਕੋਲ ਗਏ ਤਾਂ ਉਹਨਾਂ ਨੇ ਇਸ ਸਿੰਬਲ ਦੇ ਬਾਰੇ ਵਿੱਚ ਗੱਲਬਾਤ ਕੀਤੀ ਤਾਂ ਵਪਾਰੀ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਇਹ ਸਿੱਖਾਂ ਦੇ ਨਾਲ ਸੰਬੰਧਿਤ ਹੈ ਅਤੇ ਉਸਨੇ ਗੁਰਦੁਆਰਾ ਦੇ ਵਿੱਚ ਇਹ ਸਿੰਬਲ ਨੂੰ ਵੇਖਿਆ ਵੀ ਹੈ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਵਪਾਰੀ ਦੇ ਨਾਲ ਉਸ ਤਰ੍ਹਾਂ ਦੇ ਅੰਡਰਗਾਰਮੈਂਟਸ ਨੂੰ ਡਿਸਪਲੇ ਤੋਂ ਹਟਾਉਣ ਅਤੇ ਨਾ ਵੇਚਣ ਦੀ ਗੁਜ਼ਾਰਿਸ਼ ਵੀ ਕੀਤੀ। ਉਹਨਾਂ ਕਿਹਾ ਕਿ ਜੇਕਰ ਇਸ ਦੇ ਬਾਰੇ ਵਿੱਚ ਸਿੱਖ ਪਾਈਚਾਰੇ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਤਾਂ ਇਹ ਗੱਲਬਾਤ ਜੋ ਦਾ ਵਧ ਵੀ ਸਕਦੀ ਹੈ ਇਸ ਦੇ ਬਾਵਜੂਦ ਵਪਾਰੀ ਨਹੀਂ ਮੰਨਿਆ ਤੇ ਉਸਨੇ ਅਗਲੇ ਦਿਨ ਸ਼ਿਕਾਇਤ ਕਰਤਾ ਦੇ ਕੋਲ ਵਾਪਸ ਗਾਂਧੀ ਨਗਰ ਮਾਰਕੀਟ ਜਾ ਕੇ ਇਸ ਦੇ ਬਾਰੇ ਵਿੱਚ ਦੁਬਾਰਾ ਇਹਨਾਂ ਤੋਂ ਗੱਲਬਾਤ ਕਰਨੀ ਚਾਹੀਤਾ ਦੇਖਿਆ ਕਿ ਅੰਡਰ ਗਾਰਮੈਂਟਸ ਹਲੇ ਵੀ ਵਿਕਰੀ ਦੇ ਵਾਸਤੇ ਉਸੇ ਤਰ੍ਹਾਂ ਦੇ ਨਾਲ ਪਏ ਸੀ ਅਜੀਹੇ ਦੇ ਵਿੱਚ ਉਹਨਾਂ ਨੇ ਵਕੀਲ ਦੇ ਮਾਧਿਅਮ ਦੇ ਨਾਲ ਦਿੱਲੀ ਪੁਲਿਸ ਦੇ ਨਾਲ ਇਸ ਦੀ ਸ਼ਿਕਾਇਤ ਕੀਤੀ ਹੈ ਅਤੇ ਇਸ ਮਾਮਲੇ ਦੇ ਵਿੱਚ ਇੱਕ ਸਮੁਦਾਇ ਵਿਸ਼ੇਸ਼ ਦੇ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਦਾ ਮਾਮਲਾ ਜੋ ਹੈ ਉਹ ਦਰਜ ਕਰਵਾਉਣ ਦੇ ਵਾਸਤੇ ਦਿੱਲੀ ਪੁਲਿਸ ਦੇ ਨਾਲ رابطہ ਵੀ ਕਾਇਮ ਕੀਤਾ ਗਿਆ ਹੈ ਅਤੇ ਵਪਾਰੀ ਦੇ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਵੀ ਪੁਲਿਸ ਦੇ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਤੁਰੰਤ ਹੀ ਇਸ ਪ੍ਰਕਾਰ ਦੇ ਜੋ ਹੋਰ ਵੀ ਸਮਾਨ ਨੇ ਉਹਨਾਂ ਨੂੰ ਵੇਚਣ ਦੇ ਉੱਪਰ ਜਲਦ ਤੋਂ ਜਲਦ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਕਿ ਸਾਡੀਆਂ ਭਾਵਨਾਵਾਂ ਨੂੰ ਕਿਸੇ ਵੀ ਪ੍ਰਕਾਰ ਦੇ ਨਾਲ ਆਹਤ ਨਾ ਕੀਤਾ ਜਾਵੇ ਬਾਕੀ ਤੁਸੀਂ ਇਸ ਬਾਰੇ ਵਿੱਚ ਕੀ ਕਹਿਣਾ ਚਾਹੋਗੇ कमेंट सेक्शन ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬਵਾਈਜ਼ ਓਨਲੀ ਫਾਰ ਆਈਟਸ ਐਂਡ ਆ ਸਕਿਊਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬਵਾਈਜ਼ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਏਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋਬ ਐਡਵਾਈਸ ਇਟ ਵਿਲ ਬੀ ਰੀਅਲੀ ਹੈਲਪਫੁਲ ਫਾਰ ਯੂ ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696875875 ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875875 ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ